देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स। ਸ਼ਕਾਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਫਾਲੀ। ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਅਤੇ ਕੁੰਡਲੀ ਬਾਰਡਰ ਦੇ ਉੱਤੇ ਵੇਖ ਸਕਦੇ ਹੋ ਪਿੱਛੇ ਕਿ ਕਿਸਾਨ ਲਗਾਤਾਰ ਜੁਟੇ ਹੋਏ ਨੇ ਤਾਂ ਖਾਲਸਾ ਏਡ ਵੱਲੋਂ ਵੀ ਵੱਖੋ ਵੱਖ ਤਰੀਕੇ ਦੀ ਸੇਵਾਵਾਂ ਨਿਭਾਈ ਜਾ ਰਹੀਆਂ ਨੇ ਕਿਉਂਕਿ ਲਗਾਤਾਰ ਸੰਗਠਨ ਸੇਵਾਵਾਂ ਕਰਦੇ ਹੋਏ ਕਿਸਾਨਾਂ ਦੇ ਲਈ ਲੋਕਾਂ ਦੇ ਲਈ ਅੱਗੇ ਆ ਰਹੇ ਨੇ। ਅਤੇ ਜੇਕਰ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਵੀ ਬਹੁਤ ਕਲਾਕਾਰ ਅਦਾਕਾਰ ਇਸ ਵਿੱਚ ਵੀ ਅੱਗੇ ਆ ਰਹੇ ਨੇ ਅਤੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਰਾਜ ਕੱਕੜਾ ਜੀ ਸਾਡੇ ਨਾਲ ਇੱਥੇ ਮੌਜੂਦ ਨੇ, ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸੇਵਾ ਨਿਭਾ ਰਹੇ ਹੋ ਅੱਜ ਤੁਸੀਂ ਇੱਥੇ, ਕੀ ਤੁਹਾਨੂੰ ਲੱਗ ਰਿਹਾ ਇਸ ਟਾਈਮ? ਬਿਲਕੁਲ ਜੀ, ਹਰੇਕ ਕਲਾਕਾਰ ਹੋਵੇ ਭਾਵੇਂ ਕੋਈ ਕਿਸਾਨ ਹੋਵੇ ਅਤੇ ਉਹ ਆਪਣਾ ਇਸ ਅੰਦੋਲਨ ਦੇ ਵਿੱਚ ਹਿੱਸਾ ਪਾ ਰਿਹਾ ਆ। ਅਸੀਂ ਵੀ ਆਏ ਹਾਂ ਕੱਲ੍ਹ ਦੇ ਅਤੇ ਇੱਥੇ ਹਾਜ਼ਰੀ ਲਵਾ ਰਹੇ ਹਾਂ ਖਾਲਸਾ ਏਡ ਦੇ। ਹਾਂਜੀ, ਤੁਹਾਨੂੰ ਕੀ ਲੱਗਦਾ ਹੈ ਕਿਸਾਨ ਲਗਾਤਾਰ ਜੁਟੇ ਹੋਏ ਨੇ, ਕੱਲ੍ਹ ਵੀ ਮੀਟਿੰਗ ਹੋਈ ਹੈ, ਬੈਠਕ ਹੋਈ ਹੈ ਅਤੇ ਕੱਲ੍ਹ ਵੀ ਹੋਣ ਵਾਲੀ ਹੈ, ਪਰ ਕੇਂਦਰ ਸਰਕਾਰ ਹਜੇ ਵੀ ਕਿਸੇ ਤਰਕ 'ਤੇ ਨਹੀਂ ਆ ਪਾ ਰਹੀ ਹੈ, ਤੁਹਾਨੂੰ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖ? ਸਰਕਾਰਾਂ ਇੱਦਾਂ ਕਰਦੀਆਂ ਹੀ ਹੁੰਦੀਆਂ ਆ, ਪਰ ਅਖੀਰ ਜਿੱਤ ਜਿਹੜੀ ਆ ਉਹ ਕਿਸਾਨਾਂ ਦੀ ਹੋਣੀ ਆ, ਕਿਉਂਕਿ ਜਿੱਦਾਂ ਦਾ ਇਹ ਅੰਦੋਲਨ ਰੂਪ ਅਖਤਿਆਰ ਕਰ ਗਿਆ ਆ, ਦਿੱਲੀ ਦੀ 4 ਸਵੇਰੇ ਘੇਰਾਬੰਦੀ ਹੋ ਚੁੱਕੀ ਆ, 90,000 ਤੋਂ ਵੱਧ ਟਰੈਕਟਰ ਟਰਾਲੀ ਦਿੱਲੀ ਦੀਆਂ ਸੜਕਾਂ 'ਤੇ ਘੇਰਾਬੰਦੀ ਕਰਕੇ ਖਲੋਤਾ ਕਿਸਾਨ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ, ਜ਼ਾਲਮ ਰਾਜੇ ਨੂੰ, ਅੱਜ ਉਵੇਂ ਹੀ ਉਹਦੇ ਪੁੱਤ ਜਿਹੜੇ ਆ ਮੋਦੀ ਸਰਕਾਰ ਨੂੰ ਉਹਦੇ ਜ਼ੁਲਮਾਂ ਦਾ ਉਹ ਤੋਂ ਹਿਸਾਬ ਲੈਣ ਆਏ ਆ। ਅਤੇ ਮੈਨੂੰ ਲੱਗਦਾ ਵੀ ਜਿੱਤ ਅੱਜ ਸਾਡੀ ਹੋਣੀ ਆ, ਕਿਸਾਨ ਅੰਦੋਲਨ ਦੀ ਜਿੱਤ ਹੋਣੀ ਆ, ਅੱਜ ਹੋ ਜਾਏ ਕੱਲ੍ਹ ਹੋ ਜਾਏ, ਭਾਵੇਂ ਮੈਦਾਨ ਫਤਿਹ ਹੋਏਗਾ ਕਿਸਾਨ? ਫਤਿਹ ਹੋ ਗਿਆ ਜੀ, ਫਤਿਹ ਕਰ ਚੁੱਕੇ ਹਾਂ ਅਸੀਂ। ਇਸ ਅੰਦੋਲਨ ਨੇ ਇੱਦਾਂ ਦੀਆਂ ਐਗਜ਼ਾਮਪਲ, ਇੱਦਾਂ ਦੀਆਂ ਉਦਾਹਰਨਾਂ ਸੈੱਟ ਕਰ ਦਿੱਤੀਆਂ ਆ। ਇਤਿਹਾਸ 'ਚ ਸਾਡੇ ਬਜ਼ੁਰਗਾਂ ਨੇ ਉਹ ਮਾਰ ਕੇ ਮਾਰੇ ਹੋਣੇ ਆ, ਜਿਹੜੇ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ। ਕਦੀ ਵੀ ਟੇਬਲ ਟਾਕ ਜਿਹੜਾ ਉਹ ਨਹੀਂ ਹੋਇਆ ਕਿਸੇ ਵੀ ਅੰਦੋਲਨ ਤੋਂ ਬਾਅਦ, ਕਿਸੇ ਵੀ ਮੋਰਚੇ ਤੋਂ ਬਾਅਦ ਟੇਬਲ ਟਾਕ ਜਿਹੜਾ ਉਸੇ ਸੰਭਾਵਨਾ ਨਾਲ ਕੱਟ ਹੋਈ। ਵਾਰ-ਵਾਰ ਜੇ ਸਰਕਾਰ ਵਾਰਤਾਲਾਪ ਦੀ ਬੁਲਾ ਰਹੀ ਹੈ ਤਾਂ ਇਹ ਅੰਦੋਲਨ ਦੀ ਪ੍ਰਾਪਤੀ ਹੈ, ਅਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਆਖਰੀ ਫੈਸਲਾ ਉਹ ਵੀ ਨੇੜੇ ਆ। ਕਿਸਾਨ ਕਹਿ ਰਹੇ ਨੇ ਕਿ ਅਸੀਂ ਕੋਈ ਵੀ ਸ਼ਰਤ ਨਹੀਂ ਮੰਨੀ, ਸਰਕਾਰ ਕਹਿ ਰਹੀ ਹੈ ਅਮੈਂਡਮੈਂਟ ਕਰ ਸਕਦੇ ਹਾਂ, ਪਰ ਕਿਸਾਨ ਕਹਿ ਰਹੇ ਨਹੀਂ, ਅਸੀਂ ਸਾਰੇ ਦੇ ਸਾਰੇ ਬਿੱਲ ਰੱਦ ਕਰਕੇ ਹੀ ਰਵਾਂਗੇ। ਦੇਖੋ, ਆਖਰੀ ਫੈਸਲਾ ਤਾਂ ਲੀਡਰਸ਼ਿਪ, ਉਹ ਲੀਡਰਸ਼ਿਪ ਦਾ ਆ ਜਿਨ੍ਹਾਂ ਨੇ ਇਹ ਮੋਰਚੇ ਨੂੰ ਇੱਥੇ ਲੈ ਕੇ ਆਉਂਦਾ ਆ। ਸੋ ਉਸ ਮੈਂ ਉਹ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦਾ। ਸੋ ਮੈਂ ਇੱਕ ਕਲਾਕਾਰ ਦੇ ਨਾਤੇ ਆਪਣੀ ਹਾਜ਼ਰੀ ਲਵਾਉਣ ਆਇਆ ਹਾਂ ਅਤੇ ਇੱਕ ਕਿਸਾਨ ਦਾ ਪੁੱਤ। ਤੁਹਾਨੂੰ ਕਿੱਦਾਂ ਲੱਗਦਾ ਕਿ ਕਲਾਕਾਰ ਵੀ ਅੱਗੇ ਆ ਰਹੇ ਨੇ ਵੱਧ ਚੜ੍ਹ ਕੇ? ਕਲਾਕਾਰ ਕਿਉਂ, ਕਲਾਕਾਰ ਵੀ ਕਿਸਾਨ ਆ, ਕਿਸਾਨਾਂ ਦੇ ਪੋਤੇ ਹਾਂ ਅਸੀਂ। ਹਾਂਜੀ, ਖੇਤਾਂ ਦੇ ਪੋਤੇ ਹਾਂ, ਸੋ ਸਾਡਾ ਫਰਜ਼ ਬਣਦਾ ਸਭ ਦਾ। ਹਾਂਜੀ, ਸੋ ਇਹ ਸਨ ਸਾਡੇ ਨਾਲ ਰਾਜ ਕੱਕੜਾ ਜੀ। ਤੁਸੀਂ ਵੇਖਿਆ ਕਿ ਖਾਲਸਾ ਏਡ ਵੱਲੋਂ ਵੀ ਜਿਹੜਾ ਲੋਕਾਂ ਦੇ ਲਈ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਖੀਰ 'ਤੇ ਵੀ ਲੰਗਰ ਜਿਹੜਾ ਉਹ ਲਗਾਇਆ ਜਾ ਰਿਹਾ, ਵੱਖੋ ਵੱਖ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਤਾਂ ਕਿ ਜੇਕਰ ਜਿਹੜੇ ਵੀ ਲੋਕ, ਜਿਹੜੇ ਵੀ ਕਿਸਾਨ ਵਰਗ ਇੱਥੇ ਪਹੁੰਚੇ ਨੇ ਅਤੇ ਇਸ ਮੋਰਚੇ ਦਾ ਹਿੱਸਾ ਬਣੇ ਨੇ, ਉਹਨਾਂ ਨੂੰ ਕੋਈ ਵੀ ਤਕਲੀਫ ਦਾ ਸਾਹਮਣਾ ਨਾ ਕਰਨਾ ਪੈ ਸਕੇ, ਅਤੇ ਕੋਈ ਵੀ ਇਨਸਾਨ ਜੋ ਕਿ, ਕਿਉਂਕਿ ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ, ਤਾਂ ਕੋਈ ਵੀ ਅਜਿਹਾ ਇਨਸਾਨ ਭੁੱਖਾ ਨਾ ਰਹਿ ਸਕੇ। ਕੈਮਰਾਮੈਨ ਪਵਨ ਦੇ ਨਾਲ ਮੈਂ ਸ਼ਿਫਾਲੀ, ਦੈਨਿਕ ਸਵੇਰਾ ਟੀਵੀ, ਕੁੰਡਲੀ ਬਾਰਡਰ, ਦਿੱਲੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।